ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੰਗਲਾ ਦੇ ਨੌਜਵਾਨ ਦੀ ਭੇਤ ਭਰੇ ਹਾਲਾਤ 'ਚ ਲਾਹੌਰ ਬ੍ਰਾਂਚ ਨਹਿਰ 'ਚੋਂ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪ੍ਰਭਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਜੰਗਲਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ 31 ਜੁਲਾਈ ਨੂੰ ਘਰੋਂ ਕਿਸੇ ਵਿਅਕਤੀ ਦੇ ਨਾਲ ਗਿਆ ਸੀ ਅਤੇ ਐਤਵਾਰ ਨੂੰ ਨੌਜਵਾਨ ਦੀ ਲਾਸ਼ ਪਿੰਡ ਜਗਦੇਵ ਕਲਾਂ ਨਜ਼ਦੀਕ ਲੰਘਦੀ ਨਹਿਰ 'ਚੋਂ ਮਿਲੀ ਹੈ। ਗੁਰਦਾਸਪੁਰ ਤੋਂ ਲਾਏ ਪੰਜਾਬ ਨਿਊਜ਼ ਦੇ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ। ਮੇਰਾ ਭਰਾ ਰਾਤ ਬੁੱਧਵਾਰ ਘਰ ਸੀਗਾ, ਉਹਨੇ ਘਰੋਂ ਆਣ ਕੇ ਖੜਿਆ ਮੇਰੇ ਭਰਾ ਨੂੰ, ਤੇ ਉਹ ਤੋਂ ਦਿਨ ਦੀਆਂ ਉਹ ਵੀ ਹੋਈਆਂ ਵਾ, ਰਿਕਾਰਡਿੰਗਾਂ ਵੀ ਹੋਈਆਂ ਵਾ ਕੈਮਰਿਆਂ ਦੇ ਵਿੱਚ, ਕੈਮਰੇ ਚੈੱਕ ਕਰਵਾਏ ਆ, ਤੇ ਉਹਨਾਂ ਵਿੱਚ ਮੇਰਾ ਭਰਾ ਅੰਦਰ ਜਾਂਦਾ, ਮੇਰਾ ਭਰਾ ਬਾਹਰ ਨਹੀਂ ਨਿਕਲਦਾ, ਇਹ ਰਿਕਾਰਡਿੰਗ ਵੀ ਆ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਇਹਨੂੰ ਇਹਨੇ ਸੁੱਟਿਆ? ਇਹਦੀਆਂ ਰਿਕਾਰਡਿੰਗਾਂ ਸੀ, ਇਹਨੇ ਕਿਹਾ ਸੀ ਫੋਨ ਤੇ ਰਿਕਾਰਡਿੰਗ ਗੱਲ ਕੀਤੀ ਕਿਸੇ ਦੇ ਨਾਲ ਕਿ ਜੇ ਲੱਭੂਗਾ ਤਾਂ ਨਹਿਰ ਦੇ ਵਿੱਚੋਂ ਲੱਭਣਾ ਵਾ, ਉਹਦੀ ਲਾਸ਼ ਲੱਭਣੀ ਨਹਿਰ ਦੇ ਵਿੱਚੋਂ। ਹੁਣ ਹੈਗੇ ਬੁੱਧਵਾਰ ਰਾਤ ਘਰ ਆਇਆ ਤੇ ਉਹ ਮੁੰਡਾ ਆਇਆ ਘਰੋਂ ਭਾਲ ਕੇ ਲੈ ਗਿਆ, ਲੈ ਗਿਆ ਤੇ ਮੁੜ ਕੇ ਅਗਲੇ ਦਿਨ ਅਸੀਂ ਲੱਭਣ ਡਿਆ ਪਿਆ ਉਹਨੂੰ ਤੇ ਹੈ ਨਹੀਂ, ਤੇ ਮੁੜ ਕੇ ਮੈਂ ਫੋਨ ਕੀਤਾ ਜੀ ਮੈਂ ਲੱਭ ਕੇ ਲਿਆਉਣਾ, ਤੇ ਮੈਂ ਡੇਰੇ ਤੇ ਗਈ ਬਸ ਉੱਥੇ ਬੈਠਾ, ਉਹ ਮੈਨੂੰ ਆਂਦਾ ਵੀ ਤੁਸੀਂ ਘਰ ਜਾਓ ਮੈਂ ਲੱਭ ਕੇ ਲਿਆਉਣਾ, ਫਿਰ ਮੈਂ ਉੱਥੋਂ ਗੱਲਾਂ ਬਾਤਾਂ ਉਹਨੂੰ ਕੀਤੀਆਂ, ਮੁੰਡਾ ਮੇਰਾ ਘਰ 'ਚ ਆਈ ਤਾਂ ਤੇਰੀ ਜ਼ਿੰਮੇਵਾਰੀ ਆ ਤੂੰ ਲਿਆ ਘਰੋਂ ਬਾਲ ਕੇ, ਆਂਦਾ ਘਰੋਂ ਆ ਜਾਂਦਾ ਹੈ ਹੁਣੇ, ਮੈਂ ਲੱਭਦਾ ਨਾਲ ਮੁੰਡੇ ਸਾਡੇ ਗਏ ਆ ਉਹਨਾਂ ਦੇ ਨਾਲ ਲੱਭਣ ਡਿਆ ਪਿਆ ਤੇ ਮੁੜ ਕੇ ਕਿਸ ਗਿਆ ਇਹ, ਮੁੜ ਕੇ ਪਰਾਲੀ ਵੀ ਆਂਦਾ ਬਠਿੰਡੇ ਚੱਲਿਆ, ਇਹਨੇ ਮੁੜ ਕੇ ਫੋਨ ਹੀ ਬੰਦ ਕਰ ਲਿਆ ਮੁੰਡੇ ਨੇ, ਇਸ ਤਰ੍ਹਾਂ ਪਤਾ ਲੱਗਾ ਵੀ ਅਸੀਂ ਕੈਮਰੇ ਚੈੱਕ ਕਰਾਏ ਉਹਦੇ ਵਿੱਚ, ਉਹ ਦੋਵੇਂ ਮੇਰਾ ਮੁੰਡਾ ਤੇ ਉਹ ਮੁੰਡਾ ਦੇ ਵਿੱਚ ਬਾਹਰ ਆਉਂਦੇ ਆ ਦੁਕਾਨ ਤੋਂ ਹੋ ਕੇ ਆਉਂਦੇ, ਦੁਕਾਨ ਤੋਂ ਉਹਦੇ ਘਰ ਜਾਂਦੇ ਘਰੋਂ ਬਾਹਰ ਨੀ ਮੁੰਡਾ ਦਾ। ਇਹਨੇ ਸੁੱਟਿਆ ਕੀ, ਉਹਦਾ ਨਾਂ ਹੈ, ਕਿੱਥੋਂ ਦਾ ਰਹਿਣ ਵਾਲਾ? ਬਾਸੂ ਆ, ਪਾਰਥ ਵਾਲਾ। ਕਿੱਥੋਂ ਦਾ ਰਹਿਣ ਵਾਲਾ? ਪਾਰਥ ਵਾਲਾ। ਤੇ ਪੁਲਿਸ ਕੰਪਲੇਂਟ ਦਿੱਤੀ ਸੀ ਤੁਸੀਂ? ਹਾਂਜੀ ਦਿੱਤੀ। ਕੀ ਕਿਹਾ ਪੁਲਿਸ ਨੇ ਤੁਹਾਨੂੰ? ਪੁਲਿਸ ਆਂਦੇ ਅਸੀਂ ਗਏ ਉਹਨਾਂ ਦੇ ਘਰੇ, ਘਰ ਕੋਈ ਨੀ ਹੈਗਾ, ਉਹ ਵੀ ਖੜਿਆ ਹੀ ਉਹਨੇ ਖੜਿਆ ਹੀ। ਅੱਛਾ ਜੀ, ਖੜਿਆ ਬਸ ਵੀ ਜੇ ਲੱਭੂਗਾ ਤਾਂ ਨਹਿਰ ਤੇ ਲੱਭੂਗਾ, ਨਹਿਰ ਚ ਹੈ ਜੀ, ਹੋਰ ਕਿਤੇ ਨਾ ਨੱਠੇ ਫਿਰ, ਉਹਨੇ ਆਪ ਖੁਦ ਦੱਸਿਆ। ਇਹ ਨਸ਼ਾ ਕਰਦੇ ਸੀ, ਕੀ ਕਾਰਨ ਸੀ? ਨਸ਼ਾ ਕਰਦੇ ਸੀ, ਇੰਨਾ ਨਹੀਂ ਕਰਦਾ ਮੇਰਾ ਬੱਚਾ, ਉਹ ਜਿਹੜਾ ਨਸ਼ੇ ਵਾਲਾ ਦੂਜਾ ਸੀ ਨਾ ਜਿਹਨੇ ਖੜਿਆ ਉਹ ਵੇਚਦਾ। ਤੁਸੀਂ ਕਦੇ ਰੋਕਿਆ ਨਹੀਂ ਕਿ ਨਸ਼ਾ ਕੀ ਮਾੜਾ ਵਾ ਤੇ ਨਾ ਕਰ? ਰੋਕਿਆ ਭਾ, ਉਹਨੇ ਘਰੋਂ ਵੜ ਕੇ ਲੈ ਗਿਆ ਮੁੰਡਾ ਮੇਰਾ, ਘਰ ਰਹਿੰਦਾ ਉਹ, ਉਦਾਂ ਲੈ ਗਿਆ ਰਾਤ 8 ਵਜੇ। ਇੱਕ ਦਰਖਾਸਤ ਆਈ ਸੀ ਆਪਣੇ ਕੋਲ 2 ਤਰੀਕ ਨੂੰ ਰਾਤ ਕੋਈ 7:30 ਵਜੇ ਨਾਲ, ਪਲਵਿੰਦਰ ਕੌਰ ਵਾਈਫ ਆਫ ਲਖਵਿੰਦਰ ਸਿੰਘ, ਕਿ ਉਹਦਾ ਜਿਹੜਾ ਬੇਟਾ ਵਾ ਉਹ 31/7 ਦਾ ਰਾਤ ਕੋਈ 8 ਵਜੇ ਦਾ ਕੋਈ ਲਾਪਤਾ ਹੋਇਆ, ਅਤੇ ਉਹਨੂੰ ਸ਼ੱਕ ਸੁਭਾਅ ਨੇ ਜ਼ਾਹਿਰ ਕੀਤਾ ਸੀ ਕਿਤੇ ਬਾਸੂ ਨਾਂ ਦੇ ਵਿਅਕਤੀ 'ਤੇ, ਅਤੇ ਨਾਲ ਉਹਦੀ ਤਫਤੀਸ਼ ਜਾਰੀ ਆ, ਅਤੇ ਉਹਦੀ ਅੱਜ ਪਤਾ ਲੱਗਾ ਕਿ ਉਹਦੀ ਡੈੱਡ ਬੋਡੀ ਜਿਹੜੀ ਆ ਨਾ ਉਹ ਚੰਡੇੜ ਥਾਣੇ ਜਿਹੜੀ ਆ ਉਹ ਉੱਥੇ ਮਿਲ ਗਈ ਆ, ਅਤੇ ਬਾਕੀ ਜਿਹੜੀ ਆ ਉਹ ਕਾਰਵਾਈ ਆਪਾਂ ਤਫਤੀਸ਼ ਕਰਨ ਡੇ, ਬਾਕੀ ਜਿਹੜੀ ਕਾਰਵਾਈ ਚੰਡੇੜ ਥਾਣੇ ਵਾਲਿਆਂ ਨੇ ਕਰਨੀ ਆ, ਬਾਕੀ ਕਿਹੜੇ ਜਿਹੜਾ ਕੋਈ ਦੋਸ਼ੀ ਪੈ ਗਿਆ ਉਹਨੂੰ ਆਪਾਂ ਛੱਡਣਾ ਨੀਗਾ, ਉਹਨੂੰ ਜ਼ਰੂਰ ਉਹਦੀ ਬਣਦੀ ਸਜ਼ਾ ਦਵਾਈ ਜਾਏਗੀ।